ਪੌੜੇ ਦਿੰਦੇ ਹੁੰਦੇ ਸੀ ਇਦਾਂ ਪੌੜ ਸਾਡੀ ਮਰਜ਼ੀ ਨਾਲ ਦਿੱਤੀ ਜਾਊ ਪੌੜੇ ਦੇ ਸਕਦੇ ਪੌੜ ਦਾ ਛਰਤ ਉਹੀ ਰਹੂ ਖਾਲਸੇ ਵਾਲੀ ਜਿਹੜਾ ਸਿਰ ਦਊਗਾ ਪੌੜ ਉਹਨੂੰ ਮਿਲੂਗੀ ਧੰਨ ਮਨ ਸੰਭੂਗਾ ਧੰਨ ਏਰੀਆ ਗੁਰੂ ਦੀ ਗੋਲ ਚੱਕ ਲਈ ਆਪਣੀਆਂ ਜਾਇਦਾਦਾਂ ਬਣਾ ਲਈ ਨਾਲੇ ਬਾਣਾ ਪਾ ਲਿਆ ਇਦਾਂ ਕਹਿੰਦਾ ਨੀ ਪੌੜ ਦੇਣਾ ਤੁਹਾਨੂੰ ਬਾਣਾ ਉਹ ਗਏ ਸਮੇਂ ਜਿਹੜਾ ਸਰਬੰਸ ਦਾਨ ਕਰੂਗਾ ਉਹ ਬਾਣਾ ਪਾਊਗਾ ਮੈਂ ਕਿਹਨੀ ਪੌੜ ਦੇਣਾ ਸੀ ਕਿਸੇ ਨੂੰ ਬਾਣਾ ਘਰੋਂ ਨੀ ਜਾਊਗਾ ਕਰਦਿਆਂ ਨਾਲ ਉਹਦਾ ਮਤਲਬ ਨੀ ਕੋਈ ਰਹੂਗਾ ਉਹ ਦਊਗਾ ਕੁਛ ਲੈ ਨੀ ਸਕਦਾ ਇੱਥੋਂ ਲੈਣਾ ਜੀ ਰੋਟੀ ਖਾ ਲੂਗਾ ਉਹਨਾਂ ਨੇ ਕੀ ਕਰਨਾ ਕੋਈ ਰੋਟੀ ਕੱਪੜਾ ਲੈ ਜਾਓ ਗੁਰੂ ਘਰ ਦੇ ਬਾਕੀ ਗੁਰੂ ਦੇ ਜਨਮ ਤੁਮਾਰੇ ਲੇਖੇ ਜਿਹੜਾ ਕਰੂਗਾ ਉਹ ਹੈ ਬਾਣਾ ਪਾਊਗਾ ਹਰੇ ਕੋਈ ਨੀ ਪਾ ਸਕਦਾ ਉਹ ਗੱਲਾਂ ਕਹੀਆਂ ਆਈਆਂ ਹੁਣ ਬਹਿਣ ਲੱਗੂਗਾ ਸਭ ਕਰਕੇ ਪੰਜਾਹ ਸਾਲ ਪਹਿਲਾਂ ਦੀ ਕੋਈ ਬਾਣਾ ਪਾ ਸਕਦਾ ਏਦਾਂ ਗੁਰਸਿੱਖ ਹੈ ਉਹਨੂੰ ਤਾਂ ਬਾਣੇ ਦੀ ਲੋੜ ਹੀ ਨੀ ਉਹ ਫੌਜੀ ਨੂੰ ਲੋੜ ਹੈ ਗੁਰਸਿੱਖ ਫੌਜੀ ਨਹੀਂ ਹੁੰਦਾ ਗੁਰਸਿੱਖ ਸਿਵਲ ਹੈ ਬਾਣਾ ਫੌਜ ਹੈ ਫੌਜ ਬਸ ਸਰਕਾਰੀ ਹੁੰਦਾ ਉਹ ਨੀ ਕਰ ਰਹੇ ਚਾਹੇ ਜਿੱਦਣ ਲੋੜ ਪੈ ਜਾਏ ਚੁੱਪ ਘਰਦੇ ਨੂੰ ਉੱਥੇ ਛੱਡ ਕੇ ਜਾਣਾ ਪੈਂਦਾ ਉਹਨੂੰ ਚਾਹੇ ਜੰਗ ਹੋ ਜਾਏ ਏਦਾਂ ਨੀ ਹੁੰਦਾ ਜਿਵੇਂ ਇਹ ਕਰਦੇ ਕਿਨੂੰ ਉਹੀ ਹੋਣਗੇ ਜਿਹੜੇ ਪਿੱਛੇ ਸੀਗੇ ਉਹੀ ਲਾਗੂ ਹੋਣਗੇ ਇਹਨਾਂ ਦੀ ਮਰਜ਼ੀ ਨੀ ਚੱਲਣੀ ਹੁਣ ਕਿਸੇ ਦੀ ਅਨੰਦਪੁਰ ਖਾਲਸੇ ਦੀ ਗੱਲ ਕਰ ਲਈ ਖਾਲਸਾ ਤੇ ਕਰ ਲੂ ਤੁਸੀਂ ਆਪਣੇ ਘਰ ਬੈਠੋ ਪ੍ਰਚਾਰ ਕਰੀ ਜਾਓ ਬਾਕੀ ਜਿਹੜੀ ਬਾਣੇ ਦੀ ਗੱਲ ਹੈ ਬਾਣੇ ਦੀ ਗੱਲ ਖਾਲਸੇ ਦਾ ਅਖਤਿਆਰ ਹੈ ਉਹ ਤੁਹਾਡਾ ਕੋਈ ਅਖਤਿਆਰ ਨਹੀਂ ਉੱਥੇ ਖਾਲਸਾ ਆਪੇ ਫੈਸਲਾ ਕਰ ਲੂ ਤੁਹਾਡੇ ਚੋਂ ਕਿਹੜਾ ਨਹੀਂ ਖਾਲਸਾ ਕੋਈ ਬਣ ਸਕਦਾ ਤੁਸੀਂ ਬਣ ਜਾਓ ਟੱਪੋ ਲਕੀਰ ਦੋ ਸਰ ਦੋ ਤਨ ਮਨ ਧਨ